ਅੱਜ SSP ਸਾਹਿਬ ਬਠਿੰਡਾ ਸ਼੍ਰੀ ਹਰਮਨਵੀਰ ਸਿੰਘ ਗਿੱਲ IPS ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਸ਼੍ਰੀ ਅਜੇ ਗਾਂਧੀ IPS SPD ਸਾਹਿਬ ਦੀ ਨਿਗਰਾਨੀ ਹੇਠ DSPD ਮੈਂ ਰਜੇ ਸ਼ਰਮਾ ਅਤੇ DSP ਫੂਲ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸਬਡਿਵੀਜ਼ਨ ਫੂਲ ਦੇ ਵਿੱਚ ਕੈਸ ਓਪਰੇਸ਼ਨ ਕੀਤਾ ਗਿਆ ਵਾ। ਇਸ ਓਪਰੇਸ਼ਨ ਦੇ ਵਿੱਚ 70 ਲੀਟਰ ਲਾਨ ਸਮੇਤ ਦੋਸ਼ੀ ਅਤੇ 2 ਮੋਟਰਸਾਈਕਲ ਜਿਹਨੂੰ ਅਸੀਂ ਤਸਦੀਕ ਕਰ ਰਹੇ ਹਾਂ ਅਤੇ ਇੱਕ ਸ਼ੱਕੀ ਵਿਅਕਤੀ ਕਾਬੂ ਕੀਤਾ ਹੈ, ਜਿਸ ਤੋਂ ਅੱਗੇ ਪੁੱਛਗਿੱਛ ਜਾਰੀ ਹੈ।